ਮੋਟਰ ਆਪਣੀ ਦੇ ਲੈ ਕੇ ਗਿਆ ਸੀ, ਕਹਿੰਦਾ ਉੱਥੇ ਇਸ਼ਨਾਨ ਕਰਵਾਉਣੇ, ਜੇ ਘਰੇ ਕਰਵਾਇਆ ਤੇ ਕਿਸੇ ਨੂੰ ਭੂਤ ਚਿੰਬੜ ਜਾਣਗੇ। ਤੇ ਉੱਥੇ ਜਾ ਕੇ ਗਲਤ ਕੰਮ ਕੀਤਾ, ਉੱਥੇ ਜਾ ਕੇ ਗਲਤ ਕੰਮ ਕੀਤਾ ਗਿਆ ਮੇਰੇ ਨਾਲ। ਇਹ ਤਸਵੀਰਾਂ ਪੱਟੀ ਦੇ ਪਿੰਡ ਸੀਤੋ ਦੀਆਂ ਨੇ, ਜਿੱਥੇ ਇੱਕ ਢੌਂਗੀ ਬਾਬੇ ਤੇ ਗੰਭੀਰ ਇਲਜ਼ਾਮ ਲੱਗੇ ਨੇ। ਦਰਅਸਲ ਇੱਕ ਔਰਤ ਪੁੱਤ ਦੀ ਦਾਤ ਲਈ ਇਸ ਬਾਬੇ ਦੇ ਕੋਲ ਆਈ ਸੀ ਔਰ ਇਸ ਬਾਬੇ ਨੇ ਇਸ ਔਰਤ ਦੇ ਨਾਲ ਜ਼ਬਰਦਸਤੀ ਕੀਤੀ, ਮੋਟਰ ਤੇ ਲਿਜਾ ਕੇ ਸਾਰੀਆਂ ਹੱਦਾਂ ਪਾਰ ਕੀਤੀਆਂ। 10 ਵਜੇ ਇਸ ਨੂੰ ਲੈ ਗਿਆ ਤੇ ਔਰਤ ਆਪਣੀ ਜਾਨ ਬਚਾ ਕੇ 12 ਵਜੇ ਦੇ ਕਰੀਬ ਆਪਣੇ ਘਰ ਪੁੱਜੀ। ਪੱਟੀ ਦੇ ਪਿੰਡ ਸੀਤੋ ਦਾ ਇਹ ਪੂਰਾ ਮਾਮਲਾ ਹੈ। ਫਿਲਹਾਲ ਢੌਂਗੀ ਬਾਬੇ ਦੇ ਵੱਲੋਂ ਇਸ ਔਰਤ ਦੇ ਪੈਰਾਂ ਦੇ ਵਿੱਚ ਪੱਗ ਰੱਖੀ ਗਈ ਔਰ ਸਭ ਦੇ ਸਾਹਮਣੇ ਮਾਫੀ ਮੰਗੀ ਗਈ। ਤਾਂ ਔਰਤ ਦੇ ਬੇਟਾ ਨਹੀਂ ਸੀ ਹੋ ਰਿਹਾ ਔਰ ਇਹ ਕਿਵੇਂ ਨਾ ਕਿਵੇਂ ਢੌਂਗੀ ਬਾਬੇ ਦੇ ਜਾਲ ਦੇ ਵਿੱਚ ਫਸ ਗਈ ਔਰ ਇਸ਼ਨਾਨ ਕਰਵਾਉਣ ਦੇ ਬਹਾਨੇ ਬਾਬਾ ਇਸ ਨੂੰ ਮੋਟਰ ਤੇ ਲੈ ਗਿਆ ਤੇ ਉੱਥੇ ਸਾਰੀਆਂ ਹੱਦਾਂ ਪਾਰ ਕੀਤੀਆਂ। ਇਸ ਔਰਤ ਨੇ ਰੋ ਰੋ ਕੇ ਆਪਣੀ ਹੱਡ ਬੀਤੀ ਨੂੰ ਬਿਆਨ ਕੀਤਾ ਹੈ। ਕੀ ਗੱਲਬਾਤ ਹੋਈ ਹੈ? ਬਾਬੇ ਜਿਹੜੇ ਗੁਰੂ ਦੇ ਬਾਣੇ ਪਾਈ ਫਿਰਦੇ, ਇਹਨਾਂ ਨੇ ਇੱਜ਼ਤ ਲੁੱਟੀ। ਇਹ ਜਿਹੜੇ ਗੁਰੂ ਦੇ ਬਾਣੇ ਪਾਈ ਫਿਰਦੇ ਆ, ਇਹ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟਦੇ ਆ। ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ, ਮੈਨੂੰ ਇਨਸਾਫ਼ ਚਾਹੀਦਾ, ਮੇਰੇ ਨਾਲ ਧੱਕਾ ਹੋਇਆ ਬਹੁਤ ਜ਼ਿਆਦਾ। ਇਹ ਕੌਣ ਹੈ, ਕਿੱਥੋਂ ਦਾ ਬਾਬਾ? ਇਹ ਸੀਤੋ। ਕੀ ਨਾਂ? ਕੀ ਬਾਬੇ? ਕੁਲਵੰਤ ਸਿੰਘ ਕੰਤਾ ਬਾਬਾ। ਤੇ ਤੁਹਾਨੂੰ ਕਿੱਦਾਂ, ਮਤਲਬ ਕਿੱਦਾਂ ਗਏ ਤੁਸੀਂ ਇਹਨਾਂ ਕੋਲੇ? ਮੈਨੂੰ ਉੱਥੇ ਕੱਢ ਕੇ ਮੇਰੀ ਇੱਜ਼ਤ ਲੁੱਟੀ ਗਈ। ਮੈਂ ਆਪਣੀ ਆਪਣੀ ਜਾਨ ਬਚਾ ਕੇ ਵਹਾਂ ਵਾਪਸ ਆਈ ਆਪਣੇ ਘਰੇ। ਮੈਨੂੰ ਇਨਸਾਫ਼ ਚਾਹੀਦਾ ਹੈ, ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਮੈਨੂੰ ਜਾਗ ਆਈ, ਮੈਂ ਆਪਣੀ ਹੋਸ਼ ਆਈ, ਮੈਂ ਆਪੇ ਵੱਜ ਕੇ ਆਈ। ਮੈਂ ਹੱਥ ਜੋੜੇ ਗਈ, ਬਾਬਾ ਜੀ ਮੈਂ ਨਹੀਂ ਏਦਾਂ ਦੀ, ਮੈਨੂੰ ਮੇਰੇ ਘਰ ਬਚਾ ਦੋ, ਮੈਂ ਨਹੀਂ ਏਦਾਂ ਦੀ। ਤੇ ਬਾਬੇ ਵੱਲੋਂ ਕੀ ਕਿਹਾ ਗਿਆ? ਬਾਬਾ ਕਹਿੰਦਾ ਮੈਂ ਪੈਰ ਪੱਗਾਂ ਦੇ ਪੱਗ ਪੈਰਾਂ ਦੇ ਰੱਖ ਕੇ ਆਉਂਦਾ, ਮੈਂ ਮਾਫ਼ੀ ਮੰਗ ਲੈਂਦਾ, ਮੈਨੂੰ ਮਾਫ਼ੀ ਦੀ ਨਹੀਂ ਲੋੜ, ਇਹਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਇਹਨੂੰ ਲੈ ਕੇ ਕਿੱਥੇ ਗਿਆ ਸੀ ਬਾਬਾ? ਮੋਟਰ ਆਪਣੀ ਦੇ ਲੈ ਕੇ ਗਿਆ ਸੀ, ਕਹਿੰਦਾ ਉੱਥੇ ਇਸ਼ਨਾਨ ਕਰਵਾਉਣੇ, ਜੇ ਘਰੇ ਕਰਵਾਇਆ ਤੇ ਕਿਸੇ ਨੂੰ ਭੂਤ ਚਿੰਬੜ ਜਾਣਗੇ। ਤੇ ਉੱਥੇ ਜਾ ਕੇ ਗਲਤ ਕੰਮ ਕੀਤਾ, ਉੱਥੇ ਜਾ ਕੇ ਗਲਤ ਕੰਮ ਕੀਤਾ ਗਿਆ ਮੇਰੇ ਨਾਲ। ਇਸ ਸੰਬੰਧੀ ਦਰਖਾਸਤ ਦਿੱਤੀ ਹੋਈ? ਹਾਂਜੀ ਦਿੱਤੀ ਹੈ। ਤੇ ਕੋਈ ਕਾਰਵਾਈ ਹੋਈ ਹੁਣ ਤੱਕ? ਹਾਂਜੀ ਕਾਰਵਾਈ ਅਜੇ ਤੱਕ ਤੇ ਕੋਈ ਨਹੀਂ ਹੋਈ, ਸ਼ਾਮ ਤੱਕ ਸ਼ਾਇਦ ਹੋ ਜੇ। ਤੇ ਜਿੱਦਾਂ ਇਦਾਂ ਦੇ ਬਾਬੇ ਜਿਹੜੇ ਕਰਦੇ ਆ ਗਲਤ ਕੰਮ, ਇਹਨਾਂ ਨੂੰ ਕੀ ਕਹਿਣਾ ਚਾਹੁੰਦੇ? ਇਹਨਾਂ ਨੂੰ ਇਹ ਹੈ ਕਿ ਫਾਂਸੀ ਦੀ ਸਜ਼ਾ ਦਿੱਤੀ ਜਾਵੇ, ਇਹਨਾਂ ਨੂੰ ਬਖਸ਼ਿਆ ਨਾ ਜਾਵੇ। ਤਰੀਕ ਦੀ ਗੱਲ ਆ ਤੇ ਇਹ 6 ਤਰੀਕ ਮੰਗਲਵਾਰ ਦੀ ਗੱਲ ਆ, ਸਾਨੂੰ 8-9 ਵਜੇ ਰਾਤ ਬੁਲਾਇਆ ਗਿਆ ਕਿ ਤੁਸੀਂ ਰਾਤ ਰਹਿਣਾ ਵਾ, ਇਹ ਢਾਲਾ ਹੋਣਾ ਰਾਤ ਨੂੰ ਇਸ਼ਨਾਨ ਕਰਵਾਉਣਾ। ਮੈਨੂੰ ਪਤਾ ਨੀ 10 ਕੁ ਦੇ ਕਰੀਬ ਘਰੋਂ ਲੈ ਕੇ ਗਿਆ ਸੀ ਤੇ 12 ਦੇ ਕਰੀਬ ਮੈਂ ਘਰੇ ਆਈ, 12:30 ਦੇ ਕਰੀਬ। ਮੈਂ ਆਪਣੇ ਆਦਮੀ ਨੂੰ ਆਣ ਕੇ ਦੱਸਿਆ ਕਿ ਮੇਰੇ ਨਾਲ ਆਹ ਕੁਝ ਹੋਇਆ, ਫਿਰ ਮੈਂ ਆਪਣੀ ਭੈਣ ਨੂੰ ਫੋਨ ਕੀਤਾ, ਉਹ ਮੈਨੂੰ ਆ ਕੇ ਲੈ ਗਈ ਉੱਥੋਂ। ਉਸ ਤੋਂ ਬਾਅਦ ਮੈਨੂੰ ਨੀ ਪਤਾ ਮੇਰਾ ਮੂੰਹ ਵਿੰਗਾ ਹੋ ਗਿਆ, ਮੈਨੂੰ ਅਟੈਕ ਆ ਗਿਆ, ਫਿਰ ਮੈਨੂੰ ਹਸਪੀਟਲ ਦਾਖਲ ਕਰਵਾ ਦਿੱਤਾ। ਨਸ਼ੀਲੀ ਦਵਾਈ? ਹਾਂਜੀ ਨਸ਼ੀਲੀ ਦਵਾਈ ਦੇ ਦਿੱਤੀ, ਉਹਦੇ ਨਾਲ ਹੀ ਅਟੈਕ? ਹਾਂਜੀ ਉਹਦੇ ਨਾਲ ਅਟੈਕ।